ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ ਹਰਿਆਣਾ ਦੇ ਏਜੀ ਤਹਿ ਕਰਨਗੇ ਨਵਜੋਤ ਸਿੱਧੂ ਤੇ ਚੱਲੇ ਮੁਕੱਦਮਾ ਜਾਂ ਫਿਰ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤੋਂ ਟਵੀਟਾਂ ਦੀ ਲਾਈ ਚੜੀ ਕਿਹੜੇ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਹੋਵੇ ਲਖੀਂਪੁਰ ਖੀਰੀ ਕਾਂਡ ਦੀ ਜਾਂਚ ਪੰਜਾਬ ਚ ਪੰਜਾਬੀਆਂ ਦੀ 100 ਫੀਸਦੀ ਰਾਖਵਾ ਕਰਨ ਦੇਣ ਦੀ ਤਿਆਰੀ ਪੰਜਾਬ ਸਰਕਾਰ ਪੰਜਾਬੀਆਂ ਨੂੰ ਬੇਅਦਬੀ ਗੋਲੀ ਕਾਂਡ ਅਤੇ ਨਸ਼ਿਆਂ ਦੇ ਮੁੱਦੇ ਤੇ ਨਹੀਂ ਦੇਣਾ ਚਾਹੁੰਦੀ ਇਨਸਾਫ ਹਰਪਾਲ ਚੀਮਾ ਦਾ ਕਹਿਣਾ ਅਤੇ ਮੁੱਖ ਮੰਤਰੀ ਚੰਨੀ ਅਤੇ ਪਰਨੀਤ ਕੌਰ ਦੀ ਮੁਲਾਕਾਤ ਦੇ ਤੱਥ ਆਏ ਸਾਹਮਣੇ ਅਤੇ ਇਹਦੇ ਨਾਲ ਕੁਝ ਹੋਰ ਖਬਰਾਂ ਅੱਜ ਦੇ ਪ੍ਰੋਗਰਾਮ ਦੌਰਾਨ ਵਿਚਾਰ ਚਰਚਾ ਦਾ ਵਿਚਾਰ ਰਹਿਣਗੀਆਂ ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਵਿਚਾਰੀਆਂ ਜਾਣ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਦੂਸਰੀ ਬੇਨਤੀ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਖਬਰਾਂ ਨੂੰ ਆਧਾਰ ਬਣਾ ਕੇ ਕਮੈਂਟ ਜਰੂਰ ਕਰਨੇ ਤੁਹਾਡੇ ਦਿਲੋਂ ਧੰਨਵਾਤੀ ਹੋਵਾਂਗੇ ਹੁਣ ਸਭ ਤੋਂ ਪਹਿਲੀ ਖਬਰ ਵੱਡੀ ਖਬਰ ਜਾਂ ਅਹਿਮ ਖਬਰ ਆਖ ਸਕਦੇ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਅਕਸਰ ਆਪਣੀ ਕਾਰ ਸ਼ੈਲੀ ਦੇ ਨਾਲ ਆਪਣੇ ਟਵੀਟਸ ਦੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਐ ਸਿੱਧੂ ਕਈ ਵਾਰ ਅਜਿਹੇ ਟਵੀਟ ਵੀ ਕਰਦੇ ਐ ਜਿਹੜੇ ਹਲਚਲ ਤੇ ਖਲਬਲੀ ਮਚਾ ਦਿੰਦੇ ਨੇ ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋਣ ਪਾਵੇਂ ਉਹ ਚਰਨਜੀਤ ਸਿੰਘ ਚੰਨੀ ਭਾਪ ਜਿਹੜੀ ਇਸ ਵਕਤ ਮੌਜੂਦਾ ਚੰਨੀ ਸਰਕਾਰ ਆ ਉਹਦੇ ਖਿਲਾਫ ਹੋਣ ਆਪਣੇ ਟਵੀਟਾਂ ਦੇ ذریعے ਉਹਨਾਂ ਨੂੰ ਕਟਹਿਰੇ ਵਿੱਚ ਅੱਖਰ ਖੜਾ ਕਰ ਦਿੰਦੇ ਨੇ ਤੇ ਅੱਜ ਇਸੇ ਤਰ੍ਹਾਂ ਦੇ ਬਹੁਤ ਸਾਰੇ ਟਵੀਟ ਕੀਤੇ ਨੇ ਅੱਗੇ ਚੱਲ ਕੇ ਤੁਹਾਡੇ ਨਾਲ ਉਹ ਟਵੀਟਸ ਕੀ ਸੀ ਉਹਨਾਂ ਦਾ ਜ਼ਿਕਰ ਕਰਾਂਗਾ ਨਸ਼ਾ ਸਮਗਲੰਗ ਦੇ ਮੁੱਦੇ ਤੇ ਵੀ ਨਵਜੋਤ ਸਿੰਘ ਸਿੱਧੂ ਅਕਸਰ ਨਿਸ਼ਾਨੇ ਵਨ ਦੇ ਰਹੇ ਉਹ ਪਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਭਾਵੇਂ ਆ ਇਸ ਵਕਤ ਮੌਜੂਦਾ ਸਰਕਾਰ ਹੈ ਪਰ ਹੁਣ ਖੁਦ ਉਹ ਇੱਕ ਮਾਮਲੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਉਹਨਾਂ ਤੇ ਅਪਰਾਧਿਕ ਉਲੰਘਣਾ ਦਾ ਕੇਸ ਚੱਲ ਸਕਦਾ ਹੈ ਉਹਨਾਂ ਉੱਪਰ ਇਹ ਮਾਮਲਾ ਚੱਲੇ ਜਾਂ ਫਿਰ ਨਾ ਇਹਦਾ ਫੈਸਲਾ ਹਰਿਆਣਾ ਦੇ ਐਡਵੋਕੇਟ ਜਨਰਲ ਕਰ ਸਕਦੇ ਆ ਐਡਵੋਕੇਟ ਪਰਮਜੀਤ ਸਿੰਘ ਬਾਜਵਾ ਨੇ ਅਦਾਲਤ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਾਨ ਹਾਨੀ ਦੀ ਇੱਕ ਪਟੀਸ਼ਨ ਦਾਇਰ ਕੀਤੀ ਹੈ ਇਸ ਪਟੀਸ਼ਨ ਤੇ ਛੇਤੀ ਸੁਣਵਾਈ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਤਕਨੀਕੀ ਕਾਰਨਾ ਕਰਕੇ ਮਾਮਲਾ ਇਸ ਸੁਚੀਵਤ ਭਾਵੇਂ ਹਾਲੇ ਨਹੀਂ ਕੀਤਾ ਗਿਆ ਦਰਅਸਲ ਅਪਰਾਧਕ ਮਾਨ ਹਾਨੀ ਦੀ ਮਨਜ਼ੂਰੀ ਜ਼ਰੂਰੀ ਲੈਣੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਜੇਕਰ ਵਿਖੇਤਾ ਇਸ ਵਕਤ ਇਹ ਅਹੁਦਾ ਖਾਲੀ ਹੋਇਆ ਪਿਆ ਹੈ ਪੰਜਾਬ ਦੇ ਐਡਵੋਕੇਟ ਜਨਰਲ ਏ ਪੀ ਐਸ ਦਿਓਲ ਨੇ ਆਪਣੇ ਅਹੁਦੇ ਤੋਂ ਬੀਤੇ ਦਿਨੀ ਅਸਤੀਫਾ ਦੇ ਦਿੱਤਾ ਸੀ ਅਸਤੀਫੇ ਦੀ ਵਜ੍ਹਾ ਵੀ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਨ ਉਹਨਾਂ ਦਾ ਅਸਤੀਫਾ ਪੰਜਾਬ ਸਰਕਾਰ ਨੇ ਮਨਜ਼ੂਰ ਵੀ ਕਰ ਲਿਆ ਸੀ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਖਾਲੀ ਹੋਣ ਦੇ ਕਾਰਨ ਇਹ ਫਾਈਲ ਐਡਵੋਕੇਟ ਜਨਰਲ ਹਰਿਆਣਾ ਨੂੰ ਭੇਜੀ ਗਈ। ਹੁਣ ਹਰਿਆਣਾ ਦੇ ਐਡਵੋਕੇਟ ਜਨਰਲ ਇਸ ਮਸਲੇ 'ਤੇ ਫੈਸਲਾ ਲੈਣਗੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਪਰਾਧ ਕਮਾਨ ਹਾਨੀ ਦਾ ਕੇਸ ਬਣਦਾ ਵੀ ਹੈ ਜਾਂ ਫਿਰ ਨਹੀਂ। ਸੰਭਾਵਨਾ ਇਹ ਹੈ ਕਿ ਭਲਕੇ ਹਰਿਆਣਾ ਦੇ ਐਡਵੋਕੇਟ ਜਨਰਲ ਇਸ ਤੇ ਬਾਬਤ ਕੋਈ ਫੈਸਲਾ ਕਰ ਸਕਦੇ ਐ। ਇਸ ਤੋਂ ਬਾਅਦ ਹੀ ਇਹ ਮਾਮਲਾ ਹਾਈ ਕੋਰਟ ਵਿੱਚ ਦਰਜ ਹੋਏਗਾ। ਦੱਸਣਾ ਬਣਦਾ ਕਿ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਟਵੀਟ ਕਰਕੇ ਡਰੱਗ ਤਸਕਰੀ ਮਾਮਲੇ ਵਿੱਚ ਸਿਸਟਮ ਤੇ ਸਵਾਲ ਚੁੱਕੇ ਸੀ ਤੇ ਹੁਣ ਜਦੋਂ ਮੈਂ ਵਾਰ-ਵਾਰ ਗੱਲ ਕਰਦਾ ਕਿ ਨਵਜੋਤ ਸਿੰਘ ਸਿੱਧੂ ਟਵੀਟਾਂ ਵਾਲੇ ਭਾਵ ਟਵੀਟਾਂ ਦੀ ਜਦੋਂ ਲਾਉਂਦੇ ਆ ਤੇ ਝੜੀ ਲਾ ਦਿੰਦੇ ਐ ਅੱਜ ਇੱਕ ਵਾਰੀ ਫਿਰ ਤੋਂ ਉਹਨਾਂ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੀ ਪਾਰਟੀ ਦੀ ਸਰਕਾਰ ਜਿਸ ਦੇ ਵਿੱਚ ਉਹ ਸੂਬੇ ਦੀ ਪ੍ਰਧਾਨਗੀ ਕਰ ਰਹੇ ਨੇ ਉਹਨਾਂ ਨੇ ਫਿਰ ਟਵੀਟ ਕੀਤੇ ਨੇ ਤੇ ਇੱਕ ਹੋਰ ਉਹਨਾਂ ਨੇ ਮੰਗ ਰੱਖ ਦਿੱਤੀ ਐ ਤੇ ਮੰਗ ਪੂਰੀ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਟਵੀਟਸ ਦੇ ਵਿੱਚ ਕੀ ਕੁਝ ਆਖਿਆ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਈ ਸੂਬਾ ਹੈ ਪੰਜਾਬ ਤੇ ਸੂਬੇ ਦੀ ਜਿਹੜੀ ਜੀਡੀਪੀ ਆ ਉਹਦਾ 50% ਦੀ ਕਰਜ਼ਾ ਹੈ ਅੱਧੇ ਤੋਂ ਵੱਧ ਖਰਚ ਮਹਿੰਗੇ ਕਰਜ਼ੇ ਨਾਲ ਚੱਲ ਰਿਹਾ ਹੈ ਪੰਜਾਬ ਨੂੰ ਅਸਲ ਮਸਲਿਆਂ ਤੋਂ ਨਾ ਪਟਕਣ ਦਿੱਤਾ ਜਾਵੇ ਉਹਨਾਂ ਨੇ ਟਵੀਟ ਕੀਤੇ ਹੈ ਉਹ ਕਹਿੰਦੇ ਜਿਨ੍ਹਾਂ ਦਾ ਹਰ ਪੰਜਾਬੀ ਅਤੇ ਪਾਰਟੀ ਵਰਕਰ ਨੂੰ ਸਮਰਥਨ ਕਰਨਾ ਚਾਹੀਦਾ ਹੈ ਸਿੱਧੂ ਨੇ ਕਿਹਾ ਕਿ ਇਹ ਠੀਕ ਹੈ ਕਿ ਕਰਜ਼ਾ ਹੈ ਪਰ ਇਹ ਠੀਕ ਨਹੀਂ ਕਿ ਕਰਜ਼ਾ ਲੈ ਕੇ ਕਰਜ਼ੇ ਨੂੰ ਮੋੜ ਦਿਓ ਪੰਜਾਬ ਦੇ ਅਸਲ ਮੁੱਦੇ ਨੇ ਜਿਹੜੇ ਉਹਨਾਂ ਨੂੰ ਪੱਟੜੀ ਤੋਂ ਉਤਰਨਾ ਦਿੱਤਾ ਜਾਵੇ ਜਿਨ੍ਹਾਂ ਦਾ ਪਾਰਟੀ ਵਰਕਰ ਅਤੇ ਹਰ ਪੰਜਾਬੀ ਹੱਲ ਕਰਨਾ ਚਾਹੁੰਦਾ ਹੈ ਟਵੀਟ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ ਨੇ ਉਧਾਰ ਲੈਣਾ ਅੱਗੇ ਦਾ ਰਸਤਾ ਕੋਈ ਨਹੀਂ ਟੈਕਸ ਕਰਜ਼ਿਆਂ ਦੇ ਨਿਪਟਾਰੇ ਲਈ ਕਦੇ ਵੀ ਨਹੀਂ ਹੁੰਦਾ ਉਹ ਕਹਿੰਦੇ ਸਗੋਂ ਵਿਕਾਸ ਦੇ ਰੂਪ ਵਿੱਚ ਲੋਕਾਂ ਕੋਲ ਜਾਣਾ ਚਾਹੀਦਾ ਤਾਂ ਕਿ ਇਸ ਟੈਕਸ ਦੇ ਨਾਲ ਕਰਜ਼ਾ ਲਿਆ ਜਾਵੇ। ਇਹਦੇ ਨਾਲ ਹੀ ਸਿੱਧੂ ਨੇ ਚੰਨੀ ਸਰਕਾਰ ਅੱਗੇ ਕਿ ਨਵੀਂ ਮੰਗ ਰੱਖੀ ਹੈ ਕਿ ਵਿੱਤੀ ਰਿਪੋਰਟ ਨੂੰ ਹਰ ਮਹੀਨੇ ਜਨਤਕ ਕੀਤਾ ਜਾਵੇ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਟੈਕਸ ਆਇਆ ਕਿੰਨਾ ਖਰਚ ਤੇ ਕਿੰਨਾ ਵਿਆਜ ਕਿੰਨਾ ਉਧਾਰ ਮੋੜਿਆ। ਉਹ ਕਹਿੰਦੇ ਸਰਕਾਰੀ ਖਜ਼ਾਨੇ ਦੀ ਜਿਹੜੀ ਵੀ ਸਥਿਤੀ ਹੈ ਹਰ ਮਹੀਨੇ ਜਨਤਾ ਨੂੰ ਦੱਸੋ ਭਾਵ ਜਨਤਕ ਹੋਵੇ। ਉਹਨਾਂ ਕਿਹਾ ਕਿ ਟੈਕਸ ਦੀ ਕਮਾਈ ਲੋਕਾਂ ਨੂੰ ਵਿਕਾਸ ਦੇ ਰੂਪ ਵਿੱਚ ਵਾਪਸ ਮਿਲਣੀ ਚਾਹੀਦੀ ਹੈ। ਉਹਨਾ ਇਹ ਵੀ ਕਿਹਾ ਕਿ ਇਸ ਤਰ੍ਹਾਂ ਦਾ ਰੋਡ ਮੈਪ ਵੀ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰੋਤਾਂ ਦੀ ਚੋਰੀ ਰੁਕ ਸਕੇ ਖਜ਼ਾਨੇ ਨੂੰ ਭਰਿਆ ਜਾ ਸਕੇ ਆਮਦਨ ਵਧਾਈ ਜਾ ਸਕੇ ਲੋਕ ਭਲਾਈ ਦੇ ਹੋਰ ਕੰਮ ਕੀਤੇ ਜਾ ਸਕਣ ਦਰਅਸਲ ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਆਪਣੀ ਆਵਾਜ਼ ਤਾਂ ਉਠਾਉਂਦੇ ਆ ਬੀਤੇ ਦਿਨਾਂ ਵਿੱਚ ਵੀ ਜਿਹੜੇ ਮੁੱਦੇ ਕੋਈ ਬੰਦਾ ਕਹਿੰਦਾ ਨਹੀਂ ਕਿ ਮੁੱਦੇ ਗਲਤ ਸੀ ਉਹ ਮੁੱਦਿਆਂ ਨੂੰ ਹੱਲ ਕਰਨ ਲਈ ਕਈ ਵਾਰ ਆਪਣੀ ਸਰਕਾਰ ਤੇ ਤੰਜ ਕੱਸਦੇ ਆ ਭਾਵੇਂ ਉਹ ਕੈਪਟਨ ਦੀ ਸਰਕਾਰ ਸੀ ਤੇ ਭਾਵੇਂ ਆਚਨ ਦੀ ਸਰਕਾਰ ਹੈ ਇਹਦੇ ਤੋਂ ਇਲਾਵਾ ਪੰਜਾਬ ਕਾਂਗਰਸ ਨੂੰ ਕਈ ਵਾਰ ਨਵਜੋਤ ਸਿੱਧੂ ਦੇ ਫੈਸਲਿਆਂ ਅੱਗੇ ਝੁਕਣਾ ਵੀ ਪਿਆ ਹੈ ਉਹਦੇ ਵਿੱਚ ਦੋ ਵੱਡੇ ਫੈਸਲੇ ਡੀਜੀਪੀ ਦਾ ਲਾਉਣਾ ਤੇ ਨਾਲ ਏਜੀ ਦਾ ਲਾਉਣਾ ਉਹਨਾਂ ਮੁੱਦਿਆਂ ਤੇ ਨਵਜੋਤ ਸਿੰਘ ਸਿੱਧੂ ਦੀ ਚੱਲੀ ਹੈ ਤੇ ਅਗਲੀ ਜਿਹੜੀ ਖਬਰ ਹੈ ਇਹ ਪੰਜਾਬ ਸਰਕਾਰ ਦੇ ਨਾਲ ਤੇ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਖਬਰ ਹੈ ਪੰਜਾਬ 'ਚ ਪੰਜਾਬੀਆਂ ਨੂੰ ਰਾਖਮਾ ਕਰਨ ਦੇਣ ਦੀ ਤਿਆਰੀ ਉਹ ਵੀ 100% ਦੀ ਅਸਲ ਦੇ ਵਿੱਚ ਪੰਜਾਬ ਸਰਕਾਰ ਕਹਾ ਜੱਚਨਨੀ ਸਰਕਾਰ ਆਖਾਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਚੋਣਾਂ ਨੇੜੇ ਨੇ ਪੰਜਾਬ ਸਰਕਾਰ ਪੰਜਾਬ ਦੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਰਾਖਵਾ ਕਰਨ ਦੇਣ ਦੀ ਇੱਕ ਯੋਜਨਾ ਬਣਾ ਰਹੀ ਹੈ ਜਿਹੜੀਆਂ ਰਿਪੋਰਟਸ ਮਿਲ ਰਹੀਆਂ ਨੇ ਉਹਨਾਂ ਦੇ ਮੁਤਾਬਕ ਮੁੱਖ ਮੰਤਰੀ ਚੰਨੀ ਨੇ ਆਖਿਆ ਕਿ ਜਿਵੇਂ ਹਰਿਆਣਾ ਦੇ ਵਿੱਚ ਉਸੇ ਤਰ੍ਹਾਂ ਉਹਨਾਂ ਦੀ ਤਰਜ਼ ਤਈ ਪੰਜਾਬ 'ਚ ਹੀ ਰੋਜ਼ਗਾਰ ਲਈ ਪੰਜਾਬੀਆਂ ਨੂੰ ਤਰਜੀਹ ਦਿੱਤੀ ਜਾਏਗੀ ਪੰਜਾਬ 'ਚ ਨਿੱਜੀ ਸੈਕਟਰ ਵਿੱਚ ਵੀ ਪੰਜਾਬੀਆਂ ਨੂੰ ਤਰਜੀਹ ਉਹ ਕਹਿੰਦੇ ਮਿਲਣੀ ਚਾਹੀਦੀ ਆ ਉਹਦਾ ਕਾਰਨ ਹੈ ਕਿਉਂਕਿ ਕਈ ਵਾਰੀ ਅਸੀਂ ਵੇਖਦੇ ਆ ਕਿ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਤੈਰਾਤ ਕਰ ਦਿੱਤਾ ਜਾਂਦਾ ਹੈ ਜਦੋਂ ਮੀਡੀਆ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਪੰਜਾਬੀਆਂ ਲਈ ਨੌਕਰੀ ਦੇ ਮੌਕਿਆਂ ਤੇ ਕਾਨੂੰਨੀ ਟੀਮ ਦੇ ਨਾਲ ਸਲਾਹ-ਮਸ਼ਵਰਾ ਕਰ ਰਹੇ ਨੇ ਉਹ ਕਹਿੰਦੇ ਜਿਵੇਂ ਗੁਆਂਡੀ ਸੂਬੇ ਭਾਵੇਂ ਉਹ ਹਰਿਆਣਾ ਹੈ ਭਾਵੇਂ ਉਹ ਹਿਮਾਚਲ ਹੈ ਇੱਥੋਂ ਤੱਕ ਕਿ ਦਿੱਲੀ ਦੇ ਉਮੀਦਵਾਰ ਉਹ ਕਹਿੰਦੇ ਪੰਜਾਬ ਦੇ ਲੋਕਾਂ ਦੀਆਂ ਨੌਕਰੀਆਂ ਤੇ ਆਪਣੀ ਜਗ੍ਹਾ ਮਲ ਕੇ ਬੈਠ ਜਾਂਦੇ ਆ। ਉਹਨਾਂ ਦੀ ਕੋਸ਼ਿਸ਼ ਹੈ ਕਿ ਹੋਮ ਗਾਰਡ ਦੀਆਂ 5000 ਪੋਸਟਾਂ ਦੇ ਸਮੇਤ 1 ਲੱਖ ਅਸਾਮੀਆਂ ਭਰੀਆਂ ਜਾਣ। ਉਹਨਾਂ ਕਿਹਾ ਕਿ ਹੁਨਰਮੰਦ ਅਤੇ ਅਨਟ੍ਰੇਡ ਕਾਰਜਬਲ ਦੇ ਘੱਟੋ-ਘੱਟ ਤਨਖਾਹ ਵਿੱਚ ਵੀ ਵਾਧਾ ਕੀਤਾ ਗਿਆ ਹੈ। ਦੱਸਣਾ ਬਣਦਾ ਕਿ ਪੰਜਾਬ ਦੇ ਮੁੱਖ ਮੰਤਰੀ ਇਹਦੇ ਤੋਂ ਪਹਿਲਾਂ ਵੀ ਬਹੁਤ ਸਾਰੇ ਐਲਾਨ ਕਰ ਚੁੱਕੇ ਨੇ ਹੁਣ ਮੈਨੂੰ ਇਸ ਗੱਲ ਦਾ ਇਲਮ ਨਹੀਂ ਕਿ ਜਿਹੜੇ ਐਲਾਨ ਕੀਤੇ ਨੇ ਖਜ਼ਾਨੇ ਵਿੱਚ ਉਹ ਪੂਰਾ ਕਰਨ ਵਾਸਤੇ ਪੈਸਾ ਹੈ ਜਾਂ ਨਹੀਂ। ਪਰ ਲੋਕ ਲਭਾਉਣੇ ਵਾਅਦੇ ਕਰ ਰਹੇ ਨਹੀਂ ਫੈਸਲੇ ਲੈ ਰਹੇ ਨਹੀਂ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਇਹ ਫੈਸਲੇ ਇਸ ਤਰ੍ਹਾਂ ਦੇ ਕਿਉਂ ਲੈ ਰਹੇ ਨੇ ਉਹ ਕਹਿੰਦੇ ਅਰਥ ਸ਼ਾਸਤਰ ਪਾਵ ਇਕਨੋਮਿਕਸ ਅਤੇ ਪੋਲੀਟੀਕਲ ਸਾਇੰਸ ਦੇ ਉਹ ਵਿਦਿਆਰਥੀ ਰਹੇ ਐ ਉਹ ਜਾਣਦੇ ਨਹੀਂ ਕਿ ਕਿਵੇਂ ਲੋਕਾਂ ਨੂੰ ਟੈਕਸ ਦਾ ਬੋਝ ਪਾਏ ਬਗੈਰ ਉਹਨਾਂ ਨੂੰ ਰਿਆਇਤ ਦੇਣੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਕਿ ਸਰਕਾਰੀ ਖਰਚੇ ਵਿੱਚ ਕਟੌਤੀ ਕੀਤੀ ਜਾਏਗੀ ਟੈਕਸ ਚੋਰੀ ਨੂੰ ਉਠੱਲ ਵੀ ਪਾਉਣਗੇ ਉਹਨਾਂ ਕਿਹਾ ਕੋ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਪਰ ਆ ਖਬਰ ਦੇ ਉੱਤੇ ਜੇ ਟਿੱਪਣੀ ਕਰਨੀ ਹੋਵੇ ਚਰਨਜੀਤ ਸਿੰਘ ਚੰਨੀ ਸਰਕਾਰ ਬਣ ਚੁੱਕੀ ਹੈ ਕੀ ਭ੍ਰਿਸ਼ਟਾਚਾਰ ਨੂੰ ਤੁਹਾਨੂੰ ਨੱਥ ਪਈ ਨਜ਼ਰ ਆਈ ਹੈ ਕੀ ਚਰਨਜੀਤ ਸਿੰਘ ਚੰਨੀ ਨੇ ਆ ਕੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਿਹੜੇ ਦੋਸ਼ ਲੱਗਦੇ ਸੀ ਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਜਾਂ ਠੱਲ ਪਾਉਣ ਦੀ ਕੋਈ ਵੱਡੀ ਛਾਲ ਮਾਰੀ ਤੁਹਾਨੂੰ ਨਜ਼ਰ ਆਉਂਦੀ ਹੈ ਜਾਂ ਕੰਮ ਕੀਤਾ ਨਜ਼ਰ ਆਉਂਦਾ ਜਾਂ ਸਿਰਫ ਐਲਾਨ ਦੇ ਮੁੱਖ ਮੰਤਰੀ ਬਣ ਕੇ ਰਹਿ ਗਏ ਹੈ ਜਾਂ ਰਾਤ ਨੂੰ ਕਿਤੇ ਗਾਂ ਤੋਏ ਵਿੱਚ ਪਈ ਹੈ ਉਹਨੂੰ ਕੱਢ ਕੇ ਫਿਰ ਉਹਨੂੰ ਵੀਡੀਓ ਨੂੰ ਵਾਇਰਲ ਕਰਨਾ ਜਾਂ ਲਾਈਵ ਹੋਣਾ ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਬੀਤੇ ਦਿਨਾਂ ਦੀਆਂ ਮੁੱਖ ਮੰਤਰੀ ਚੰਨੀ ਦੀਆਂ ਆਈਆਂ ਨੇ ਇਸ ਖਬਰ ਦੇ ਉੱਤੇ ਟਿੱਪਣੀ ਜਰੂਰ ਕਰਿਓ ਅਗਲੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਦੇ ਨਾਲ ਤੁਹਾਡੇ ਨਾਲ ਸੰਬੰਧਿਤ ਹੈ ਤੁਹਾਡੇ ਮੁੱਦਿਆਂ ਦੇ ਨਾਲ ਸੰਬੰਧਿਤ ਹੈ ਪਰ ਇਹ ਇਹ ਜਿਹੜਾ ਕਦਮ ਚੁੱਕਿਆ ਨਾ ਉਹ ਹਰਪਾਲ ਚੀਮਾ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਹਰਪਾਲ ਚੀਮਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਵੀ ਆਮ ਆਦਮੀ ਪਾਰਟੀ ਤੇ ਉਹਦੇ ਆਗੂ ਨੇ ਉਹਦੇ ਨੇਤਾ ਨੇ ਹਰਪਾਲ ਚੀਮਾ ਉਹਨਾਂ ਨੇ ਦਰਅਸਲ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਟਕਪੂਰਾ ਗੋਲੀਕਾਂਡ ਤੇ ਨਸ਼ਿਆਂ ਵਰਗੇ ਜਿਹੜੇ ਵੱਡੇ ਮੁੱਦੇ ਨੇ ਪੰਜਾਬੀਆਂ ਦੇ ਉਹਨਾਂ ਦੇ ਵਿੱਚ ਪੰਜਾਬੀ ਨੂੰ ਦਰਅਸਲ ਇਨਸਾਫ ਦੇਣਾ ਹੀ ਨਹੀਂ ਚਾਹੁੰਦੀ ਕਿਉਂਕਿ ਸਰਕਾਰ ਇਹਨਾਂ ਮਾਮਲਿਆਂ ਨੂੰ ਕੇਵਲ ਚੋਣਵੀ ਮੁੱਦਿਆਂ ਦੇ ਵਜੋਂ ਵਰਤ ਰਹੀ ਹੈ ਕਿਉਂਕਿ 2017 ਵਿੱਚ ਵੀ ਇਹੀ ਮੁੱਦੇ ਸਿੱਤੇ ਹੁਣ 2022 ਚ ਵੀ ਇਹੀ ਹੋਣਗੇ ਇਸ ਲਈ ਕਨ ਕਾਂਗਰਸ ਸਰਕਾਰ ਪੰਜਾਬ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਤੋਂ ਭੱਜ ਰਹੀ ਹੈ। ਉਹਨਾਂ ਇਹ ਆਖਿਆ ਕਿ ਪੰਜਾਬ ਵਾਸੀਆਂ ਨੂੰ ਇਨਸਾਫ ਦੇਣ ਲਈ ਜਲਦ ਤੋਂ ਜਲਦ ਪੰਜਾਬ ਹਤੈਸ਼ੀ, ਇਮਾਨਦਾਰ ਅਤੇ ਕਿਸੇ ਸੀਨੀਅਰ ਐਡਵੋਕੇਟ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਇਆ ਜਾਣਾ ਚਾਹੀਦਾ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਕਿ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਵਿੱਚਕਾਰ ਚੱਲ ਰਹੀ ਆਪਸੀ ਖਿੱਚੋ-ਤਾਣ ਤਾਂ ਜਾਗ ਜ਼ਾਹਰ ਹੈ ਲੁਕੀ ਛਿਪੀ ਨਹੀਂ। ਪਰ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੀ ਕਸ਼ਮਕਸ਼ ਦੇ ਵਿੱਚ ਨੇ ਜਿਹੜੀ ਅੰਦਰੂਨੀ ਲੜਾਈ ਦੇ ਵਿੱਚ ਨੇ ਉਹਦੇ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਏਜੀ ਦੀ ਨਿਯੁਕਤੀ ਕੀਤੀ ਨਹੀਂ ਜਾ ਰਹੀ ਜੇ ਏਜੀ ਦੀ ਨਿਯੁਕਤੀ ਨਹੀਂ ਹੋ ਰਹੀ ਉਹਦੇ ਕਾਰਨ ਉਹ ਕਹਿੰਦੇ ਸੁਪਰੀਮ ਕੋਰਟ ਸਮੇਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਦੀਆਂ ਹੋਰ ਅਦਾਲਤਾਂ ਦੇ ਵਿੱਚ ਜਿਹੜੇ ਕੇਸ ਚੱਲ ਰਹੇ ਨੇ ਫਿਰ ਪੰਜਾਬ ਸਰਕਾਰ ਦੇ ਕੇਸਾਂ ਦੀ ਕੋਈ ਪੈਰ ਵੀ ਕਿਵੇਂ ਕਰੂਗਾ ਉਨਾ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਨਾਲ ਦਾਅਵੇ ਅਤੇ ਵਾਅਦੇ ਤਾਂ ਕਰ ਰਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਦਾ ਇਨਸਾਫ ਦੇ ਦੇਾਂਗੇ ਕੋਟਕ ਪੂਰਾ ਗੋਲੀ ਕਾਂਢ ਦੇ ਦੋਸ਼ੀਆਂ ਨੂੰ ਸਜ਼ਾਵਾ ਦੇ ਦੇਾਂਗੇ ਨਸ਼ਿਆਂ ਦੇ ਮਾਮਲੇ ਨੂੰ ਨਜਿੱਠਿਆ ਜਾਇਆਊਗਾ ਇਨਸਾਫ ਦੇ ਦਿੱਤਾ ਜਾਊ ਪਰ ਕਹਿੰਦੇ ਅਸਲੀਅਤ ਇਹ ਨਹੀਂ ਅਸਲੀਅਤ ਕਹਿੰਦੇ ਇਹ ਨਹੀਂ ਜਦੋਂ ਸਰਕਾਰ ਕੋਲ ਕਹਿੰਦੇ ਏਜੀ ਨਹੀਂ ਐਡਵੋਕੇਟ ਜਨਰਲ ਨਹੀਂ ਤਾਂ ਅਦਾਲਤਾਂ ਦੇ ਵਿੱਚ ਜਾ ਕੇ ਇਹਨਾਂ ਕੇਸਾਂ ਦੀ ਪੈਰ ਵੀ ਕੌਣ ਕਰੂ ਇਹ ਬਹੁਤ ਵੱਡਾ ਸਵਾਲ ਹੈ ਤੇ ਹੈ ਵੀ ਜਾਇਜ਼ ਉਹ ਕਹਿੰਦੇ ਏਜੀ ਤੋਂ ਬਗੈਰ ਦੱਸਣ ਤਾਂ ਸਹੀ ਕਿ ਕੇਸ ਕਿਵੇਂ ਜਿੱਤੇ ਜਾਣਗੇ ਕਿਵੇਂ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿੱਤਾ ਜਾਊਗਾ ਉਹਨਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਕਾਂਗਰਸ ਦੀ ਜਿਹੜੀ ਆਪਸੀ ਖਿੱਚੋਤਾਣਾ ਹੈ ਉਹਨਾਂ ਦਾ ਫਾਇਦਾ ਹੋ ਰਿਹਾ ਨੁਕਸਾਨ ਹੋ ਰਿਹਾ ਜੋ ਮਰਜ਼ੀ ਹੈ ਪਰ ਕਹਿੰਦੇ ਪੰਜਾਬ ਦੇ ਲੋਕਾਂ ਦਾ ਜ਼ਰੂਰ ਨੁਕਸਾਨ ਹੋ ਰਿਹਾ ਹੈ ਭਾਵੇਂ ਉਹ ਬੇਅਦਬੀ ਦੀ ਗੱਲ ਹੋਵੇ ਭਾਵੇਂ ਉਹ ਗੋਲੀ ਕਾਂਡ ਦੀ ਹੋਵੇ ਪੰਜਾਬ ਦੇ ਨਸ਼ਿਆਂ ਦੇ ਮਾਮਲਿਆਂ ਦੀ ਹੋਵੇ ਪੰਜਾਬ ਦੇ ਲੋਕਾਂ ਨੂੰ ਚੰਨੀ ਸਰਕਾਰ ਇਸ ਵਕਤ ਜੇ ਕਰ ਰਹੀ ਹੈ ਤਾਂ ਸਿਰਫ ਤੇ ਸਿਰਫ ਗੁੰਮਰਾਹ ਕਰ ਰਹੀ ਹੈ ਉਹ ਕਹਿੰਦੇ ਜੇਕਰ ਕਾਂਗਰਸ ਦੀ ਮਨਸ਼ਾ ਹੋਵੇ ਨਾ ਕਿ ਇਨਸਾਫ ਦੇਣਾ ਹੈ ਤਾਂ ਪੌਣੇ 5 ਸਾਲ ਦੇ ਰਾਜ ਦੇ ਦੌਰਾਨ ਬੇਅਦਬੀ ਦੇ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੁੰਦਾ ਉਹਨਾਂ ਇਹ ਵੀ ਆਖਿਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਪੇਸ਼ ਕੀਤੀ ਗਈ ਜਾਂਚ ਰਿਪੋਰਟ ਨਸ਼ੇ ਦਾ ਸੂਤਰ ਧਾਰਕ ਕੌਣਾ ਹੈ ਸਰਗਣਾ ਕੌਣਾ ਹੈ ਉਹਦਾ ਨਾਂ ਤੱਕ ਨਹੀਂ ਹਾਲੇ ਤੱਕ ਇਹਨਾਂ ਨੇ ਦੱਸਿਆ ਪਰ ਕਾਂਗਰਸ ਸਰਕਾਰ ਬਹਾਨੇਬਾਜ਼ੀ ਕਰੀ ਜਾ ਰਹੀ ਹੈ ਕਿ ਨਸ਼ੇ ਦੇ ਸਰਗਣੇ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਕਿਉਂਕਿ ਕਾਂਗਰਸੀ ਆਗੂਆਂ ਦੀ ਅੰਦਰੂਨੀ ਜਿਹੜੀ ਤੰਦ ਹੈ ਨਾ ਜਾਂ ਤੰਦਾਂ ਨੇ ਉਹ ਇਹਨਾਂ ਨਸ਼ਿਆਂ ਦੇ ਸੋਦਾਗਰਾਂ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਚੰਨੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਉਹਨਾਂ ਨੇ ਰੋਜ਼ ਕੋਈ ਨਾ ਕੋਈ ਨਵੀਂ ਚੁਣੌਤੀ ਦੇ ਦਿੰਦੇ ਨੇ ਉਹਨਾਂ ਨੇ ਆਖਿਆ ਕਿ ਜੇ ਸਰਕਾਰ ਸੱਚਮੁੱਚ ਪੰਜਾਬ ਦੇ ਲੋਕਾਂ ਨੂੰ ਬੇਅਦਬੀ ਗੋਲੀ ਕਾਂਡ ਨਸ਼ਿਆਂ ਵਰਗੇ ਵੱਡੇ ਮੁੱਦਿਆਂ ਦੇ ਵਿੱਚ ਇਨਸਾਫ ਦੇਣਾ ਚਾਹੁੰਦੀ ਹੈ ਤਾਂ ਕਿਸੇ ਪੰਜਾਬ ਹਤੈਸੀ ਇਮਾਨਦਾਰ ਤੇ ਸੀਨੀਅਰ ਐਡਵੋਕੇਟ ਨੂੰ ਤੁਰੰਤ ਬਿਗੈਰ ਕਿਸੇ ਦੇਰੀ ਤੋਂ ਐਡਵੋਕੇਟ ਜਨਰਲ ਦੇ ਅਹੁਦੇ ਤੇ ਨਿਯੁਕਤ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਸਕੇ ਗੱਲ ਉਹਨਾਂ ਦੀ ਬਿਲਕੁਲ درست ਹੈ ਤੁਹਾਡੀ ਖਿੱਚੋ ਤਣ ਹੋ ਸਕਦੀ ਹੈ ਪਰ ਪੰਜਾਬ ਦੇ ਲੋਕਾਂ ਦਾ ਇਹਦੇ ਵਿੱਚ ਕੀ ਕਸੂਰ ਹੈ ਬਹੁਤ ਮਹੱਤਵਪੂਰਨ ਮੁੱਦਾ ਹਰਪਾਲ ਚੀਮਾ ਹੋਰਾਂ ਨੇ ਇਹ ਉਠਾਇਆ ਹੈ ਅਗਲੀ ਜਿਹੜੀ ਖਬਰ ਹੈ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਮੁੱਖ ਮੰਤਰੀ ਚੰਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਵਿਚਕਾਰ ਮੁਲਾਕਾਤ ਹੋਈ ਹੈ ਮੁਲਾਕਾਤ ਦੇ ਕਿਆਫੇ ਤੇ ਕਿਆਸ ਲਗਾਏ ਜਾ ਰਹੇ ਸੀ ਸਿਆਸੀ ਗਲਿਆਰਿਆਂ ਦੇ ਵਿੱਚ ਲਗਾਤਾਰ ਚਰਚਾ ਉਹਦੇ ਕੁਝ ਤੱਥ ਨਿਕਲ ਕੇ ਸਾਹਮਣੇ ਆਏ ਨੇ ਪਟਿਆਲਾ ਨਗਰ ਨਿਗਮ ਦੇ ਵੱਲੋਂ ਡੇਰੀ ਪ੍ਰੋਜੈਕਟ ਨੂੰ ਜਲਦ ਸਿਰੇ ਚਾੜ ਦਿੱਤਾ ਜਾਵੇ ਇਸ ਮਸਲੇ ਨੂੰ ਆਧਾਰ ਬਣਾ ਕੇ ਪਤਾ ਲੱਗਿਆ ਕਿ ਪ੍ਰਨੀਤ ਕੌਰ ਨੇ ਐਤਵਾਰ ਵਾਲੇ ਦਿਨ ਮੁੱਖ ਮੰਤਰੀ ਚੰਨੀ ਦੇ ਨਾਲ ਉਹਨਾਂ ਦੀ ਚੰਡੀਗੜ੍ਹ ਸਥਿਤ ਰਹਿائش ਤੇ ਮੁਲਾਕਾਤ ਕੀਤੀ ਸੀ ਪ੍ਰਨੀਤ ਕੌਰ ਨੇ ਹੁਣ ਦੱਸਿਆ ਇਸ ਪ੍ਰੋਜੈਕਟ ਵਿੱਚ ਕੁਝ ਸਿਆਸੀ ਰੋਟੀਆਂ ਸੇਕਣ ਲਈ ਅੜਿੱਕੇ ਡਾਹੇ ਜਾ ਰਹੇ ਨੇ ਉਹਨਾਂ ਨੇ ਸੀਐਮ ਦੇ ਨਾਲ ਮੁਲਾਕਾਤ ਕੀਤੀ ਇਸ ਪ੍ਰੋਜੈਕਟ ਨੂੰ ਲੈ ਕੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਮੁੱਖ ਮੰਤਰੀ ਚੰਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਇਸ ਮੁਲਾਕਾਤ ਤੇ ਲਗਭਗ ਕੱਲ ਤੋਂ ਹੀ ਚਰਚਾ ਹੋ ਰਹੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਚਰਚਾ ਹੈ ਇਸ ਦੌਰਾਨ ਮੇਅਰ ਸੰਦੀਪ ਸ਼ਰਮਾ ਬਿੱਟੂ ਪੀਆਰਟੀਸ ਦੇ ਚੇਅਰਮੈਨ ਕੇਕੇ ਸ਼ਰਮਾ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੇ ਕੇਮਲ ਹੋਤਰਾ ਅਤੇ 22 ਕਾਉਂਸਲਰ ਵੀ ਉਹਨਾਂ ਦੇ ਨਾਲ ਦਸੇ ਗਏ ਐ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਨੀਤ ਕੌਰ ਦੀ ਮੁੱਖ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਸੀ ਸ਼ਾਇਦ ਇਸੇ ਕਰਕੇ ਇਹਦੇ ਵੱਖਰੇ ਮਾਇਨੇ ਕੱਢੇ ਜਾ ਰਹੇ ਨੇ ਇਹਦੇ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਸਿਸਮਾ ਫਾਰਮ ਹਾਊਸ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਆਗਿਆ ਮੰਗੀ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਦੀ ਜਦੋਂ ਤੋਂ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਬਾਅਦ ਪਹਿਲਾਂ ਆਖਿਆ ਸੀ ਕਾਂਗਰਸ ਹਰਾਵਾਂਗਾ ਸਿੱਧੂ ਨੂੰ ਜਿੱਤਣ ਨਹੀਂ ਦੇਣਾ ਤੇ ਬਾਅਦ ਦੇ ਵਿੱਚ ਆਪਣੀ ਨਵੀਂ ਪਾਰਟੀ ਬਣਾ ਲਈ ਕਾਂਗਰਸ ਨੂੰ ਡੁੱਬਦਾ ਜਹਾਜ਼ ਤੱਕ ਆਖ ਦਿੱਤਾ ਪਰ ਉਹਨਾਂ ਦੀ ਘਰ ਵਾਲੀ ਉਸੇ ਜਹਾਜ਼ 'ਚ ਸਵਾਰ ਹੈ ਇਸ ਕਰਕੇ ਕੈਪਟਨ ਅਮਰਿੰਦਰ ਤੋਂ ਪਰਨੀਤ ਕੌਰ ਨੇ ਪਹਿਲਾਂ ਇਹ ਆਗਿਆ ਮੰਗੀ ਕਿ ਕੀ ਮੈਂ ਮੁੱਖ ਮੰਤਰੀ ਜੀ ਨਾਲ ਮੁਲਾਕਾਤ ਕਰਨ ਜਾ ਸਕਦੀ ਹਾਂ ਉਹਦੇ ਵਿੱਚ ਮੇਅਰ ਵੀ ਸੀ ਉਹਦੇ ਵਿੱਚ ਪਟਿਆਲਾ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਵੀ ਸੀ ਤੇ ਬਾਈ ਕਾਉਂਸਲਰ ਵੀ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਸਨ ਇਸੇ ਦੌਰਾਨ ਕਾਉਂਸਲਰਾਂ ਨੇ ਕੈਪਟਨ ਨਾਲ ਉਹਨਾਂ ਦੀ ਅਗਲੀ ਸਿਆਸੀ ਰਣਨੀਤੀ ਬਾਰੇ ਵੀ ਗੱਲਬਾਤ ਕੀਤੀ ਕਿ ਅਸੀਂ ਉਹਦੇ ਨਾਲ ਆ ਜਾਂ ਤੁਹਾਡੇ ਨਾਲ ਆ। ਕਾਉਂਸਲਰਾਂ ਨੇ ਇਹ ਤਾਂ ਕਿਹਾ ਕਿ ਸਾਡਾ ਨਾਂ ਨਾ ਦੱਸਿਆ ਜਾਵੇ। ਪਰ ਉਹਨਾਂ ਦਾ ਦਰਦ ਸੀ ਨਾ ਜਿਹੜਾ ਉਹ ਜ਼ਰੂਰ ਬਾਹਰ ਆਇਆ। ਕੈਪਟਨ ਨੇ ਉਹਨਾਂ ਨੂੰ ਕਿਹਾ ਕਿ ਕਈ ਪੁਰਾਣੇ ਸਾਥੀ ਨੇ ਜਿਹੜੇ ਉਹਦਾ ਸਾਥ ਨਹੀਂ ਦੇ ਰਹੇ ਉਹ ਤੋਖਾ ਕਰ ਰਹੇ ਨੇ ਕਿਉਂਕਿ ਲੋਕ ਚੜ੍ਹਦੇ ਸੂਰਜ ਨੂੰ ਸਲਾਮਾ ਕਰਦੇ ਆ ਪਹਿਲਾਂ ਕਈ ਕਰਪਣ ਅਮਰਿੰਦਰ ਸਿੰਘ ਦਾ ਗੁਣगान ਕਰ ਰਹੇ ਸੀ ਜਦੋਂ ਕਿ ਉਹ ਕਾਂਗਰਸ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਮੇਅਰ ਬਣਾਇਆ ਹੋਇਆ ਤੇ ਕਈ ਕਾਉਂਸਲਰ ਨੇ ਪਰ ਹੁਣ ਉਹ ਲੱਗਦਾ ਕਿ ਪਾਲਾ ਬਦਲ ਗਿਆ ਹੈ ਹੁਣ ਅਗਲੀ ਰਣਨੀਤੀ ਤੈਅ ਕੀ ਕਰਨੀ ਹੈ ਇਹਦੇ ਤੇ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਇਹਦੇ ਤੋਂ ਬਾਅਦ ਪ੍ਰਨੀਤ ਕੌਰ ਨੇ ਚੰਨੀ ਨਾਲ ਮੀਟਿੰਗ ਕੀਤੀ ਉਹਨਾਂ ਦੱਸਿਆ ਕਿ ਪਟਿਆਲਾ ਵਿੱਚ ਡੇਰੀਆਂ ਨੂੰ ਪਟਿਆਲਾ ਤੋਂ ਬਾਹਰ ਲਜਾਣ ਦਾ ਪ੍ਰੋਜੈਕਟ ਸਾਲ 2005 ਵਿੱਚ ਤਿਆਰ ਕੀਤਾ ਗਿਆ ਸੀ ਉਹਦੇ ਤੋਂ ਬਾਅਦ ਜਦੋਂ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਆਈ ਤਾਂ ਉਹਨਾਂ ਨੇ ਆਖਿਆ ਕਿ ਇਹ ਪ੍ਰੋਜੈਕਟ ਮੁਕੰਮਲ ਠੱਪ ਕਰ ਦਿੱਤਾ ਗਿਆ ਤੇ 2017 ਵਿੱਚ ਕੈਪਟਨ ਸਰਕਾਰ ਬਣੀ ਪ੍ਰੋਜੈਕਟ ਤੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਗਿਆ ਉਹਨਾਂ ਦੱਸਿਆ ਕਿ 141 ਡੇਰੀਆਂ ਨੂੰ ਪਿੰਡ ਅਬਲੋਵਾਲ ਕੋਲੋਂ 21 ਏਕੜ ਜ਼ਮੀਨ ਤੇ ਸ਼ਿਫਟ ਕਰ ਦਿੱਤਾ ਜਾਣਾ ਸੀ ਪ੍ਰੋਜੈਕਟ ਤੇ ਹੁਣ ਤੱਕ ਉਹ ਕਹਿੰਦੇ ਕਰੀਬ-ਕਰੀਬ 15 ਕਰੋੜ ਰੁਪਏ ਖਰਚ ਵੀ ਕੀਤੇ ਜਾ ਚੁੱਕੇ ਨੇ ਪਰ ਹੁਣ ਕੁਝ ਡੇਰੀਆਂ ਦੇ ਸੰਚਾਲਕ ਨੇ ਜਾਣਬੁੱਝ ਕੇ ਇਸ ਪ੍ਰੋਜੈਕਟ ਦੇ ਵਿੱਚ ਅੜਿੱਕੇ ਡਾ ਰਹੇ ਨੇ ਤਾ ਜੋ ਉਥੇ ਬਣਦੀਆਂ ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਰ ਉਹ ਕਹਿੰਦੇ ਨਹੀਂ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਦੱਸਿਆ ਕਿ ਡੇਰੀ ਸੰਚਾਲਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੋ ਵਾਰ ਅਰਜ਼ੀ ਵੀ ਦਾਇਰ ਕਰ ਚੁੱਕੇ ਨੇ ਹਾਈ ਕੋਰਟ ਨੇ ਪਟਿਆਲਾ ਨਗਰ ਨਿਗਮ ਦੇ ਵੱਲੋਂ ਇਸ ਪ੍ਰੋਜੈਕਟ ਲਈ ਕੀਤੇ ਇੰਤਜ਼ਾਮਾਂ ਤੇ ਤਸੱਲੀ ਪ੍ਰਗਟਾਈ ਸੀ ਏਸੇ ਵਿਸ਼ੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਹਰ ਸੰਭਵ ਸਹਿਯੋਗ ਕੀਤੇ ਜਾਣ ਦੀ ਹਾਮੀ ਵੀ ਭਰੀ ਹੈ ਕੀ ਸੱਚਮੁੱਚ ਇਹ ਹੀ ਬਹੁਤ ਵੱਡੀ ਮੰਗ ਸੀ ਜਾਂ ਇਧਰ ਤੋਂ ਇਲਾਵਾ ਇਸ ਖਬਰ ਤੇ ਜੇ ਟਿੱਪਣੀ ਕਰੀਏ ਕਿਉਂਕਿ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਸੰਕੇਤ ਦਿੱਤੇ ਨੇ ਆਪਣੀ ਹਾਈ ਕਮਾਂਡ ਨੂੰ ਕਾਂਗਰਸ ਪਾਰਟੀ ਨੂੰ ਕਿ ਮੈਂ ਕੱਲ ਵੀ ਕਾਂਗਰਸ ਵਿੱਚ ਸੀ ਅੱਜ ਵੀ ਕਾਂਗਰਸ ਵਿੱਚ ਹਾਂ ਪਰ ਕੀ ਕੱਲ ਕਾਂਗਰਸ ਵਿੱਚ ਰਹਿਣਗੇ ਇਹ ਫਿਰ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਣਾ ਚੁੱਕੇ ਆ ਅਗਲੀ ਚੜੀ ਖਬਰ ਹੈ ਵਿਰੋਧੀ ਧਿਰ ਦੇ ਆਗੂ ਵੀ ਰਹੇ ਆਮ ਆਦਮੀ ਪਾਰਟੀ ਦੇ ਡਿਟ੍ਰਿਕਟ ਤੋਂ ਜਿੱਤੇ ਵੀ ਆਪਣੀ ਪਾਰਟੀ ਵੀ ਬਣਾਈ ਤੇ ਬਾਅਦ ਦੇ ਵਿੱਚ ਕਾਂਗਰਸ ਦਾ ਪੱਲਾ ਵੀ ਫੜਿਆ ਸੁਖਪਾਲ ਖਹਿਰਾ ਬੀਤੇ ਦਿਨੀ ਗ੍ਰਿਫਤਾਰ ਕਰ ਲਏ ਗਏ ਸੀ ਚੰਡੀਗੜ੍ਹ ਦੀ ਪੁਲਿਸ ਹਿਰਾਸਤ ਵਿੱਚ ਨੇ ਹਲਕਾ ਪੁਲਤ ਦੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਹੁਣ ਖਬਰ ਮਿਲ ਰਹੀ ਆ ਕਿ ਸੁਖਪਾਲ ਖਹਿਰਾ ਨੇ ਇਨਸਾਫ ਨਾ ਮਿਲਣ ਤੱਕ ਭੁੱਖ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਤੇ ਇਸ ਵਕਤ ਤੋਂ ਭੁੱਖ ਹੜਤਾਲ ਤੇ ਨੇ ਇਸ ਗੱਲ ਦੀ ਜਾਣਕਾਰੀ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਆਪਣੇ ਪਿੰਡ ਰਾਮਗੜ੍ਹ ਵਿੱਚ ਅੱਧੀ ਰਾਤ ਨੂੰ ਆਪਣੇ ਪਿਤਾ ਦੇ ਫੇਸਬੁੱਕ ਦੇ ਅਫੀਸ਼ੀਅਲ ਅਕਾਊਂਟ ਤੋਂ ਸਾਂਝੀ ਕਰਦਿਆਂ ਦਿੱਤੀ ਹੈ ਤੇ ਨਾਲ ਉਹਨਾਂ ਨੇ ਲਗਭਗ ਹਰ ਇੱਕ ਮੀਡੀਆ ਕਰਮੀ ਨੂੰ WhatsApp ਦੇ ਉੱਤੇ ਇਹ ਸੁਨੇਹਾ ਭੇਜਿਆ ਮਹਿਤਾਬ ਖਹਿਰਾ ਨੇ ਦੱਸਿਆ ਕਿ ਦੋਸਤੋ ਬਹੁਤ ਹੀ ਭਰੇ ਮਨ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਹਾਂ ਕਿ ਮੇਰਾ ਪਿਤਾ ਸੁਖਪਾਲ ਸਿੰਘ ਖਹਿਰਾ ਹੁਣ ਤੋਂ ਭੁੱਖ ਹੜਤਾਲ ਤੇ ਬੈਠੇ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨਾਲ ਅਣਮਨੁੱਖੀ ਬਤੀਰਾ ਕੀਤਾ ਜਾ ਰਿਹਾ ਹੈ। ਉਹਨਾਂ ਦੀ ਸਿੱਖੀ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਇੱਕ ਪੁਲਿਸ ਅਧਿਕਾਰੀ पांडे ਨੇ ਉਹਨਾਂ ਨੂੰ ਆਪਣਾ ਕੜਾ ਤੱਕ ਉਤਾਰਨ ਲਈ ਆਖਿਆ ਜੋ ਕਿ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ। ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਚੰਡੀਗੜ੍ਹ ਪੁਲਿਸ ਅਤੇ ਉਹਨਾਂ ਦੇ ਅਫਸਰ ਜ਼ਿੰਮੇਵਾਰ ਹੋਣਗੇ। ਜਦ ਤੱਕ ਉਹਨਾਂ ਦੀ ਸਿੱਖੀ ਉੱਪਰ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਉੱਪਰ ਡਾਕਾ ਮਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਦੀ ਇਹ ਭੁੱਖ ਹੜਤਾਲ ਨਿਰੰਤਰ ਜਾਰੀ ਰਹੇਗੀ ਸੁਖਪਾਲ ਖੈਰ ਦੇ ਪੁੱਤਰ ਨੇ ਇਹ ਜਾਣਕਾਰੀ ਦਿੱਤੀ ਹੈ ਜਿਹੜੇ ਇਸ ਵਕਤ ਰਿਮਾਂਡ ਤੇ ਚੱਲ ਰਹੇ ਨੇ ਮੈਂ ਦੱਸ ਦਿਆਂ ਕਿ ਬੀਤੇ ਦਿਨੀ ਈਡੀ ਨੇ ਉਹਨਾਂ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਕਿ منی ਲੌਂਡਰਿੰਗ ਕੀਤੀ ਹੈ ਵਿਦੇਸ਼ ਦੇ ਵਿੱਚੋਂ ਪੈਸਾ ਟੀਲਾ ਇਕੱਠਾ ਕਰਕੇ ਲਿਆਂਦਾ ਪਰ ਹਿਸਾਬ ਕਿਤਾਬ ਉਹਦਾ ਕੌਣ ਦੇਉ ਕੀ ਇਹ ਸੱਚ ਹੈ ਬਾਰਾ ਸੁਖਪਾਲ ਖੈਰਾ ਅਤੇ ਉਹਨਾਂ ਦੇ ਸਹਿਯੋਗੀ ਕਹਿੰਦੇ ਨੇ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਬੀਤੇ ਦਿਨੀ ਸੁਖਪਾਲ ਖੈਰਾ ਦੇ ਪੁੱਤਰ ਮਹਤਾਬ ਨੇ ਦੋਸ਼ ਵੀ ਲਾਏ ਸੀ ਕਿ ਪਹਿਲਾਂ ਅਕਾਲੀਆਂ ਨੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਕੇਂਦਰ ਸਰਕਾਰ ਜਾਣਬੁੱਝ ਕੇ ਪ੍ਰਿੰਮਲ ਖਾਲਸਾ ਨੇ ਆਖਿਆ ਸੀ ਕਿ ਉਹਨਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਅਗਲੀ ਖਬਰ ਲਖੀਂਪੁਰ ਖੀਰੀ ਕਾਂਢ ਦੇ ਨਾਲ ਸੰਬੰਧਿਤ ਖਬਰ ਹੈ ਲਖੀਂਪੁਰ ਖੀਰੀ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਵੇ ਤੇ ਕਿਹਦੀ ਨਿਗਰਾਨੀ ਚ ਕੀਤੀ ਜਾਵੇ ਸੋਮਵਾਰ ਵਾਲੇ ਦਿਨ ਸੁਪਰੀਮ ਕੋਰਟ ਦੇ ਵਿੱਚ ਇਹ ਸਮੱਸਿਆ ਨੂੰ ਲੈ ਕੇ ਸੁਣਵਾਈ ਹੋਈ ਇਸੇ ਦੌਰਾਨ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਆਖਿਆ ਕਿ ਉਹ ਜਾਂਚ ਦੀ ਨਿਗਰਾਨੀ ਲਈ ਜਿੰਨੀਆਂ ਵੀ ਸਿਟਸ ਬਣਾਉਣੀਆਂ ਚਾਹੁੰਦੀ ਹੈ ਜੋ ਵੀ ਉਹ ਉਚਿਤ ਸਮਝਦੀ ਹੈ ਕਿਸੇ ਨੂੰ ਵੀ ਨਿਯੁਕਤ ਕਰ ਸਕਦੀ ਹੈ ਅਦਾਲਤ ਨੇ ਨਿਗਰਾਨੀ ਲਈ ਸੇਵਾ ਮੁਕਤ ਜੱਜ ਦਾ ਨਾਮ ਤੈਅ ਕਰਨ ਅਤੇ ਸਬੰਧਤ ਜੱਜ ਤੋਂ ਸਹਿਮਤੀ ਲੈਣ ਲਈ ਜਿਹੜੀ ਸੁਣਵਾਈ ਹੈ ਨਾ ਅ ਅਗਲੇ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਸੀ ਹੁਣ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਇਸ ਮਾਮਲੇ ਦੀ ਜਾਂਚ ਯੂਪੀ ਤੋਂ ਬਾਹਰੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਿਉਂ ਨਾ ਕਰਵਾ ਲਈ ਜਾਵੇ ਲਖੀਮਪੁਰ ਖੀਰੀ ਕਾਂ ਤੁਹਾਨੂੰ ਯਾਦ ਕਰਵਾ ਦਿਆਂ ਕਿ ਕਿਸਾਨ ਤੁਰੇ ਜਾ ਰਹੇ ਸੀ ਚਾਰ ਕਿਸਾਨਾਂ ਦੇ ਉੱਤੇ ਗੱਡੀਆਂ ਛਾੜ ਦਿੱਤੀਆਂ ਸੀ ਇੱਕ ਪੱਤਰਕਾਰ ਭਾਵ ਕੁੱਲ ਪੰਜ ਲੋਕਾਂ ਦੀ ਮੌਤ ਤੇ ਬਾਅਦ ਦੇ ਵਿੱਚ ਇਹ ਖਬਰਾਂ ਸਨ ਕਿ ਉੱਥੇ ਹਿੰਸਾ ਹੋਈ ਕੁੱਟਮਾਰ ਹੋਈ ਜਿਸ ਕਾਰਨ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ ਸੀ ਕੁੱਲ ਮਿਲਾ ਕੇ 8 ਵਿਅਕਤੀਆਂ ਦੀ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਉਰਫ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ 13 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਜਿਹੜੀ ਪਿਛਲੀ ਸੁਣਵਾਈ ਹੋਈ ਸੀ ਉਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਯੂਪੀ ਪੁਲਿਸ ਦੀ ਜਾਂਚ ਤੇ ਤਸੱਲੀ ਦਾ ਪ੍ਰਗਟਾਵਾ ਨਹੀਂ ਸੀ ਕੀਤਾ ਅਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਚੱਲ ਰਹੀ ਜਾਂਚ ਦੀ ਨਿਗਰਾਨੀ ਲਈ ਹਾਈ ਕੋਰਟ ਦੇ ਸਾਬਕਾ ਜੱਜ ਨੂੰ ਨਿਯੁਕਤ ਕਰਨ ਲਈ ਅਸਲ ਦੇ ਵਿੱਚ ਆਖਿਆ ਸੀ ਕਿ ਕਰ ਦਿੱਤਾ ਜਾਏਗਾ ਹੁਣ ਬੁੱਧਵਾਰ ਵਾਲੇ ਦਿਨ ਇਸ ਦੀ ਸੁਣਵਾਈ ਹੋਣੀ ਹੈ ਅਦਾਲਤ ਨੇ ਕਿਹਾ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੇਸ ਦੇ ਵਿੱਚ ਸਬੂਤਾਂ ਦੀ ਕੋਈ ਮਿਲਾਪਤ ਨਾ ਹੋਵੇ ਉਹਨਾਂ ਨੇ ਆਖਿਆ ਸੀ ਕਿ ਸੀ ਲਖੀਂਪੁਰ ਖੀਰੀ ਕੇਸ ਦੀ ਜਾਂਚ ਹਾਈ ਕੋਰਟ ਦੇ ਇੱਕ ਵੱਖਰੇ ਸਾਬਕਾ ਜੱਜ ਨੂੰ ਨਿਯੁਕਤ ਕਰਨ ਲਈ ਤਿਆਰ ਬੈਠੀਆਂ ਬੈਂਚ ਨੇ ਕਿਹਾ ਸੀ ਕਿ ਜਾਂਚ ਉਸ ਤਰ੍ਹਾਂ ਨਹੀਂ ਹੋ ਰਹੀ ਜਿਸ ਤਰ੍ਹਾਂ ਦੀ ਅਸੀਂ ਯੂਪੀ ਸਰਕਾਰ ਤੋਂ ਉਮੀਦ ਕਰਦੇ ਸੀ ਦੱਸਣਾ ਬਣਦਾ ਕਿ ਬੀਤੇ 3 ਅਕਤੂਬਰ ਨੂੰ ਯੂਪੀ ਦੇ ਲਖੀਪੁਰ ਖਰੀ ਦੇ ਤਿਕੁਨੀਆਂ ਇਲਾਕੇ ਵਿੱਚ ਇਹ ਹਸਾ ਵਾਪਰੀ ਸੀ ਜਿਸ ਦੇ ਵਿੱਚ ਚਾਰ ਕਿਸਾਨਾਂ ਇੱਕ ਪੱਤਰਕਾਰ ਸਮੇਤ 8 ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਸੀ ਬਹਿਰਾਇਤ ਜ਼ਿਲ੍ਹੇ ਦੇ ਨਾਨਪਾਤਾ ਦੇ ਰਹਿਣ ਵਾਲੇ ਜਗਜੀਤ ਸਿੰਘ ਦੀ ਸ਼ਿਕਾਇਤ ਤੇ ਆਸ਼ੀਸ਼ ਮਿਸਰਾ ਸਮੇਤ 20 ਵਿਅਕਤੀ ਅਣਪਛਾਤੇ ਲੋਕਾਂ ਤੇ ਦੰਗਾ ਕਤਲ ਕਰਨ ਦਾ ਮਾਮਲਾ ਉਸ ਵਕਤ ਦਰਜ ਕਰ ਲਿਆ ਗਿਆ ਸੀ ਇਸ ਮਾਮਲੇ ਵਿੱਚ 13 ਮੁਲਜ਼ਮ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਦੂਸਰੇ ਪਾਸੇ ਇੱਕ ਵਿਅਕਤੀ ਨੇ ਸੁਮਿਤ ਜੈਸਵਾਲ ਉਹਨਾਂ ਦੀ ਸ਼ਿਕਾਇਤ ਤੇ 20 25 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਉਹਦੇ ਵਿੱਚ ਵੀ ਚਾਰ ਮੁਲਜ਼ਮ ਇਸ ਕਾਂਡ ਦੇ ਨਾਲ ਸਬੰਧਤ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ ਹੁਣ ਬੁੱਧਵਾਰ ਨੂੰ ਦੇਖਣਾ ਹੋਏਗਾ ਕਿ ਕਿਹੜਾ ਸਾਬਕਾ ਜੱਜ ਹੈ ਕਿਹੜੇ ਸੂਬੇ ਦਾ ਸਾਬਕਾ ਜੱਜ ਹੈ ਅਤੇ ਉਹਨਾਂ ਦਾ ਨਾਮ ਕੀ ਹੈ ਜਿਹੜਾ ਲਖੀਮਪੁਰ ਖੀਰੀ ਘਟਨਾ ਦੀ ਜਾਂਚ ਕਰੇਗਾ ਸੋ ਦੋਸਤੋ ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਬਾਦ ਲਈ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ